ਹਾਂਜੀ ਸਤਿ ਸ਼੍ਰੀ ਅਕਾਲ ਜੀ, ਅੱਜ ਤੁਹਾਡਾ ਸਵਾਗਤ ਹੈ ਵਿਕਟੋਰੀਆ BC। ਵਿਕਟੋਰੀਆ BC ਦੀ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਹੈ, ਕੈਨੇਡਾ ਦਾ ਵੱਡਾ ਪ੍ਰਾਂਤ ਆ ਜਿੱਥੇ ਲੋਕ ਆ ਕੇ ਬਹੁਤ ਰਹਿੰਦੇ ਨੇ, ਇੱਥੇ ਸਰੀ ਵਗੈਰਾ ਹੈਗਾ ਸਾਰਾ ਕੁਛ। ਉਹ ਵੈਨਕੂਵਰ ਵੀ ਸਾਡਾ ਸ਼ਹਿਰ ਆ, ਪਰ ਵਿਕਟੋਰੀਆ ਸਾਡੀ ਕੈਪੀਟਲ ਆ। ਇੱਥੇ ਸਾਹਮਣੇ ਦਿਖਦਾ ਹਾਰਬਰ ਬੜਾ ਵਧੀਆ ਹਾਰਬਰ ਆ, ਹਾਰਬਰ ਦੇ ਨਾਲ ਸਾਹਮਣੇ ਐਮਪ੍ਰਿੰਸ ਹੋਟਲ ਆ, ਬਹੁਤ ਪੁਰਾਣਾ ਮਸ਼ਹੂਰ ਹੋਟਲ। ਠੀਕ ਹੈ ਜੀ, ਇਹ ਹੈਗਾ ਇਹਦਾ ਇੱਥੇ ਸਾਰਾ ਕੁਛ, ਬਹੁਤ ਵਧੀਆ ਚੀਜ਼ ਆ। ਤੁਸੀਂ, ਮੈਂ ਹਰ ਬੰਦੇ ਨੂੰ ਕਹੂੰਗਾ ਜਿਹੜਾ ਵੀ ਕੋਈ ਕੈਨੇਡਾ, ਅਮੈਰੀਕਾ, ਕਿਤੇ ਇੰਡੀਆ ਤੋਂ ਆਉਂਦਾ ਕੋਈ ਸਾਰਾ, ਪਲੀਜ਼ ਯੂ ਮਸਟ ਵਿਜ਼ਿਟ ਵਿਕਟੋਰੀਆ, ਜ਼ਰੂਰ ਘੁੰਮਣ ਆਇਓ, ਕਿਉਂਕਿ ਵਿਕਟੋਰੀਆ ਵਰਗਾ ਨਜ਼ਾਰਾ ਨਹੀਂ ਤੁਸੀਂ ਲੈ ਸਕਦੇ। ਅਤੇ ਹੁਣ ਮੈਂ ਤਾਂ ਯੋਧਾ ਸਾਡਾ ਬੈਠਾ ਨਜ਼ਾਰਾ ਲੈਂਦੇ ਹਾਂ ਅਸੀਂ। ਆਹ ਸਾਹਮਣੇ ਵਿਕਟੋਰੀਆ ਦਾ ਹਾਰਬਰ ਤੁਹਾਨੂੰ ਮੇਰੇ ਪਿੱਛੇ ਦਿਖ ਰਿਹਾ, ਹਾਰਬਰ ਦੇ ਨਾਲ ਸਾਹਮਣੇ ਐਮਪ੍ਰਿੰਸ ਹੋਟਲ ਆ, ਅਤੇ ਨਾਲੇ ਜਦੋਂ ਐਮਪ੍ਰਿੰਸ ਹੋਟਲ ਅਤੇ ਹਾਰਬਰ ਦੇ ਨਾਲੇ ਉਹ ਬ੍ਰਿਜ ਵਗੈਰਾ ਨੇ, ਮਾਡਰਨ ਬਣੇ ਹੋਏ, ਬੜੇ ਵਧੀਆ ਵਧੀਆ ਬ੍ਰਿਜ ਨੇ, ਪੁਰਾਣਾ ਸੀ ਹੁਣ ਨਵੇਂ ਬਣ ਗਏ। ਉਹ ਸਾਹਮਣੇ ਫਿਰ ਐਮਪ੍ਰਿੰਸ ਹੋਟਲ ਦਾ ਬਹੁਤ ਵਧੀਆ ਬਾਗ ਬਗੀਚੇ ਨੇ, ਕਿਸ਼ਤੀਆਂ ਨੇ ਖੜੀਆਂ, ਉਹ ਛੋਟਾ ਜਿਹਾ ਏਅਰਪੋਰਟ ਹੋਟਲ ਦਾ, ਸੀ ਪਲੈਨ ਦਾ ਹੋਟਲ ਵੀ ਆ, ਉਹਦਾ ਵੀ ਨਜ਼ਾਰਾ ਲਵਾਉਂਗੇ, ਸਾਰਾ ਕੁਝ ਦੇਖੋਗੇ। ਬਾਕੀ ਇਹਦੇ ਨਾਲ ਕੀ ਆ ਵੀ ਜਿੱਥੇ ਕਿ ਇਹ ਹਾਰਬਰ ਆ ਸਾਰਾ ਕੁਛ ਹੈ, ਆ ਹੋਟਲ ਵਗੈਰਾ, ਅਤੇ ਨਾਲੇ ਇੱਥੇ ਤੁਸੀਂ ਉਹ ਸਾਡੀ ਪਾਰਲੀਮੈਂਟ ਬਿਲਡਿੰਗ ਦੇਖੋਗੇ, ਔਰ ਪਾਰਲੀਮੈਂਟ ਬਿਲਡਿੰਗ ਦੇ ਅੰਦਰ ਜਾ ਸਕਦੇ, ਅੰਦਰ ਜਾ ਕੇ ਪਾਰਲੀਮੈਂਟ ਬਿਲਡਿੰਗ ਨੂੰ ਅੰਦਰੋਂ ਅੰਦਰੋਂ ਦੇਖ ਸਕਦੇ। ਇਹੋ ਜਿਹਾ ਨਹੀਂ ਹੈ ਵੀ ਤੁਸੀਂ ਅੰਦਰੋਂ ਨਹੀਂ ਦੇਖ ਸਕਦੇ, ਅੰਦਰ ਜਾ ਕੇ ਜਿੱਥੇ ਸਾਰੇ MLA ਵਗੈਰਾ ਬਹਿੰਦੇ ਨੇ, ਜਿੱਥੇ ਸਾਡੇ ਹੋਰ ਸਾਰੇ ਪੋਲੀਟੀਸ਼ੀਅਨ ਬਹਿੰਦੇ ਨੇ, ਉਹਨਾਂ ਦਾ ਤੁਸੀਂ ਆਨੰਦ ਮਾਣ ਸਕਦੇ ਹੋ। ਉਸ ਤੋਂ ਬਾਅਦ ਜਦੋਂ ਬਾਹਰ ਨਿਕਲੇ, ਫਿਰ ਹਾਰਬਰ 'ਚ ਆ ਜਾਓ, ਹਾਰਬਰ 'ਚ ਆ ਕੇ ਤੁਸੀਂ ਨੂੰ ਕਿਸ਼ਤੀ ਮਿਲ ਜਾਂਦੀ, ਜੋ ਤੁਹਾਨੂੰ ਸਾਰੇ ਹਾਰਬਰ ਦੇ ਵਿੱਚ, ਸਾਰੇ ਸਮੁੰਦਰ ਦੇ ਵਿੱਚ ਉੱਥੇ ਜਾ ਕੇ ਤੁਹਾਨੂੰ ਐਂਟਰਟੇਨ ਕਰਦੀ ਹੈ, ਦਿਖਾਉਂਦੀ ਹੈ। ਨਾਲ ਬੜੇ ਬੜੇ ਵਧੀਆ ਹੋਟਲ ਨੇ, ਹੋਰ ਬਿਲਡਿੰਗਾਂ ਬਣੀਆਂ ਹੋਈਆਂ ਨੇ, ਜਿੱਥੋਂ ਕਰੂਜ਼ ਸ਼ਿਪ ਵਗੈਰਾ ਜਾਂਦੇ ਨੇ, ਉੱਥੇ ਵੀ ਤੁਸੀਂ ਇੰਜੋਏ ਕਰੋਗੇ। ਬਹੁਤ ਵਧੀਆ ਇੱਕ ਸਿਟੀ ਆ, ਬਹੁਤ ਵਧੀਆ ਸਾਰੀਆਂ ਕਿਸ਼ਤੀਆਂ ਵਗੈਰਾ ਉੱਥੇ ਹੁੰਦੀਆਂ ਨੇ, ਕਾਫੀ ਕੁਛ ਆ, ਤੁਸੀਂ ਉੱਥੇ ਆਨੰਦ ਮਾਣ ਸਕਦੇ, ਰੈਸਟੋਰੈਂਟਾਂ 'ਤੇ ਖਾਣਾ ਖਾ ਸਕਦੇ, ਹੋਰ ਸਾਰਾ ਕੁਛ ਕਰ ਸਕਦੇ। ਮੈਂ ਤੁਹਾਨੂੰ ਫਿਰ ਕਹਿਣਾ ਵੀ ਤੁਸੀਂ ਯੂ ਗੈਸ ਵਿਲ ਇੰਜੋਏ ਇਟ, ਸੋ ਆਨੰਦ ਮਾਣੋ ਵਿਕਟੋਰੀਆ ਦਾ, ਵੈਨਕੂਵਰ ਦੀ ਕੈਪੀਟਲ ਦਾ। ਠੀਕ ਹੈ, ਸੋ ਅੱਜ ਤੁਹਾਨੂੰ ਮੈਂ ਵਿਕਟੋਰੀਆ, ਵੈਨਕੂਵਰ ਦੀ ਕੈਪੀਟਲ ਅਤੇ ਉਹਦਾ ਆਨੰਦ ਮਾਣੋ। ਸੋ ਮੇਰੀਆਂ ਨਜ਼ਰਾਂ ਵੈਨਕੂਵਰ ਦੇਖੋ ਮੇਰੇ 'ਤੇ, ਜਿਹਦੇ ਨਾਲ ਅਸੀਂ ਆਨੰਦ ਮਾਣ ਰਹੇ ਹਾਂ ਦੋਨੇ ਜਾਣੇ, ਅਤੇ ਤੁਸੀਂ ਵੀ ਆਨੰਦ ਮਾਣੋ। ਧੰਨਵਾਦ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਪਹੁੰਚ ਗਏ ਕੈਨੇਡਾ 'ਚ, ਕੈਨੇਡਾ ਇੱਥੇ ਵਿਕਟੋਰੀਆ, ਕੈਨੇਡਾ ਕਹਿ ਸਕਦਾ, ਕੈਨੇਡਾ 'ਚ ਆ ਵਿਕਟੋਰੀਆ। ਸੋ ਆਹ ਵਿਕਟੋਰੀਆ, ਸਾਰਾ ਰੌਣਕ ਲੱਗੀ ਵਿਕਟੋਰੀਆ, ਸਾਰਾ ਹੈ ਤਾਂ ਅੱਜ ਵੀਕਡੇਜ਼, ਪਰ ਫਿਰ ਵੀ ਰੌਣਕ ਹੈਗੀ, ਟੂਰਿਸਟ ਹੈਗੇ, ਘੁੰਮਣ ਆਏ ਸਾਡੇ ਵਰਗੇ। ਉਹ ਸਾਹਮਣੇ ਇੱਥੇ ਦਾ ਬੜਾ ਮਸ਼ਹੂਰ ਹੋਟਲ ਆ, ਐਮਪ੍ਰੈਸ ਹੋਟਲ ਆ, ਉੱਧਰ ਦੇ ਪਾਸੇ ਪਾਰਲੀਮੈਂਟ ਆ। ਠੀਕ ਹੈ, ਅਤੇ ਹੁਣ ਇੱਧਰੋਂ ਐਂ ਕਰਦੇ, ਪਹਿਲਾਂ ਬਾਹਰ ਬਾਹਰ ਗੇੜਾ ਦੇ ਕੇ ਆਉਂਦੇ ਹਾਂ, ਚੱਲਦੇ ਹਾਂ, ਚਲੋ ਜੀ ਆਓ ਚੱਲੀਏ। ਸੋ ਪਹੁੰਚ ਗਏ ਜੀ ਵਿਕਟੋਰੀਆ ਹਾਰਬਰ, ਵੈਲਕਮ ਟੂ ਵਿਕਟੋਰੀਆ। ਉੱਧਰ ਰਿਪੇਅਰ ਵਗੈਰਾ ਚੱਲਦੀ ਆ, ਉੱਧਰ ਹੁੰਦਾ ਸੀ ਅੰਡਰਗਰਾਊਂਡ ਇੱਕ ਹੁੰਦਾ ਸੀ ਅਕੇਰੀਅਮ, ਉਹਦੀ ਰਿਪੇਅਰ ਚੱਲਦੀ ਹੈ। ਆਹ ਇੱਥੇ ਕਾਮਨਵੈਲਥ ਗੇਮਸ ਹੋਈਆਂ ਸੀ 1994 'ਚ, ਅਤੇ ਆਹ ਉਹਦਾ ਸਾਈਨ ਆ। ਉੱਧਰ ਪਾਸੇ ਪਾਰਲੀਮੈਂਟ ਆ, ਪਿਛਲੇ ਪਾਸੇ ਸਾਰਾ ਮਰੀਨਾ। ਠੀਕ ਹੈ, ਠੀਕ ਹੈ ਜੀ। ਸੋ ਪਰਿਵਾਰ ਕਹਿੰਦਾ ਜਦੋਂ ਪਾਓ ਸਾਨੂੰ ਵੀ ਦੱਸਦੇ, ਸਾਰਾ ਪਰਿਵਾਰ ਪਿੱਛੇ ਆ ਰਿਹਾ। ਜੇ ਕਿਸੇ ਨੇ ਕੰਨ ਬਣਾਉਣੇ ਨੇ, ਉਹ ਕੰਨ ਬਣਾਉਣ ਵਾਲਾ ਵੀ ਹੈਗਾ ਬੈਠਾ। ਠੀਕ ਹੈ, ਆਹ ਜਿਹੜੇ ਬੁੱਤ ਜੀ ਨੇ ਨਾ, ਇੱਥੇ ਵੀ ਆ, ਉੱਧਰ ਵੀ ਆ, ਹੋਰ ਕਈ ਥਾਂ 'ਤੇ ਹੁੰਦੇ ਨੇ। ਇਹ ਨੇਟਿਵ ਦੀ, ਨੇਟਿਵ ਜਿਹੜੇ ਇੱਥੇ ਦੇ ਲੋਕ ਨੇ, ਇਹ ਉਹਨਾਂ ਦੀ, ਉਹਨਾਂ ਦਾ, ਉਹਨਾਂ ਦੇ ਸਿੰਬਲ ਹੈ। ਜਿਵੇਂ ਉਹਨਾਂ ਦੀ ਟੈਰੀਟਰੀ ਹੁੰਦੀ ਸੀ ਵੀ ਆਹ ਪੁਰਾਣੀ ਨੇਸ਼ਨ ਦੀ ਟੈਰੀਟਰੀ ਆ, ਉਹਦਾ ਇਹੋ ਜਿਹਾ ਸਿੰਬਲ, ਆਹ ਪੁਰਾਣੀ ਨੇਸ਼ਨ ਦੀ ਟੈਰੀਟਰੀ ਆ, ਉਹਦਾ ਸਿੰਬਲ ਇਹੋ ਜਿਹਾ, ਇਹ ਮੇਨ ਅਸੀਂ ਇਹਨੂੰ ਰਿਪ੍ਰਜੈਂਟ ਕਰਦਾ। ਤਾਂ ਹੀ ਜਿਵੇਂ ਉੱਥੇ ਸਟੇਨਲੇ ਪਾਰਕ 'ਚ ਵੀ ਲੱਗੇ ਹੋਏ ਨੇ ਕਈ ਨੇ, ਉਹ ਵੀ ਸਾਰੀਆਂ ਸਿੰਬਲੀਆਂ ਉੱਥੇ ਇਕੱਠੀਆਂ ਹੁੰਦੀਆਂ ਹੁੰਦੀਆਂ ਸੀ ਨੇਟਿਵ। ਇੱਥੇ ਸ਼ਾਮ ਨੂੰ ਰੌਣਕ ਹੁੰਦੀ ਹੈ, ਵੀਕਐਂਡ 'ਤੇ ਉੱਧਰ ਮਿਊਜ਼ਿਕ ਵਗੈਰਾ ਲੱਗਿਆ ਹੁੰਦਾ, ਪਾਰਟੀਆਂ ਹੋ ਰਹੀਆਂ ਹੁੰਦੀਆਂ, ਅਤੇ ਹਰੇਕ ਵੀਕਐਂਡ 'ਤੇ ਮਨਾਉਂਦੇ ਨੇ, ਕਿਸੇ ਕਿਸੇ ਅੱਡ ਕਮਿਊਨਿਟੀ ਦਾ, ਕਦੇ ਮੈਕਸੀਕਨ ਕਮਿਊਨਿਟੀ ਦਾ, ਕਦੇ ਇੰਡੀਅਨ ਕਮਿਊਨਿਟੀ ਦਾ, ਕਦੇ ਕਿਸੇ ਕਮਿਊਨਿਟੀ ਦਾ। ਉਹ ਉੱਥੇ ਉਹ ਪਰਲੇ ਪਾਸੇ ਜਿੱਥੇ ਉਹ ਸਾਹਮਣੇ ਦੇਖਦਾ, ਜਿੱਥੇ ਕਾਰ ਖੜਾ ਕੇ ਆਏ ਹਾਂ ਅਸੀਂ, ਉੱਥੇ ਜਿਹੜਾ ਸਾਰਾ ਏਰੀਆ ਉਹ ਕਵਰ ਕਰਿਆ ਹੁੰਦਾ ਟੈਂਟਾਂ ਨਾਲ,
ਅਤੇ ਉਹਨਾਂ ਦੀਆਂ ਦੁਕਾਨਾਂ ਵਗੈਰਾ ਹੁੰਦੀਆਂ, ਉਹਨਾਂ ਦੇ ਰੈਸਟੋਰੈਂਟ ਵਗੈਰਾ ਹੁੰਦੇ ਨੇ, ਫੂਡ ਵਗੈਰਾ ਉਹਨਾਂ ਦਾ ਸਰਵ ਕਰਦੇ ਨੇ, ਸਾਰਾ ਕੁਛ ਉਹਨਾਂ ਡਿਵਰਸੀ ਫਾਈ ਫਾਈਡ ਜਿਹੜਾ ਕਲਚਰ ਆ ਜਾਂ ਮਲਟੀ ਕਲਚਰ ਆ ਉਹਨੂੰ ਸੈਲੀਬ੍ਰੇਟ ਕਰਦੇ ਨੇ। ਅਤੇ ਮੇਨ ਵਿਕਟੋਰੀਆ ਦਾ ਜਿਹੜਾ ਸੈਲੀਬ੍ਰੇਸ਼ਨ ਜਿੱਥੇ ਹੁੰਦੀ ਆ ਉਹ ਆਹੀ ਹੈ। ਉਹ ਸਾਹਮਣੇ ਇਹਨਾਂ ਦਾ ਕਲੋਕ ਟਾਵਰ ਜਿਹਾ ਹੈਗਾ। ਆ ਫਿਰ ਦੱਸਾਂ, ਆਹ ਹੋਟਲ ਇਹ ਰਾਣੀ ਲਈ ਬਣਾਇਆ ਸੀ ਇੱਕ ਜ਼ਮਾਨੇ 'ਚ ਵਿਕਟੋਰੀਆ ਦੇ ਰਹਿਣ ਨੂੰ। ਸੋ ਪਰ ਇਸ ਟਾਈਮ 'ਤੇ ਹੋਟਲ ਇਹਦਾ ਨਾਮ ਐਮਪ੍ਰੈਸ ਹੋਟਲ ਹੈ, ਐਮਪ੍ਰੈਸ। 29 and I find myself wondering, what did happen to the last 10? I ran away with my life fast forward, never to... ਸੋ ਪਹੁੰਚ ਗਏ ਜੀ ਪਾਰਲੀਮੈਂਟ ਬਿਲਡਿੰਗ 'ਚ। ਠੀਕ ਹੈ, ਹੁਣ ਅੰਦਰ ਜਾਂਦੇ ਹਾਂ। ਬੜੇ ਵਧੀਆ ਫੁੱਲ ਫਲ ਲੱਗੇ ਨੇ, ਲੋਕ ਬੜੇ ਦੂਰ ਦੂਰ ਤੱਕ ਬੈਠੇ ਨੇ। ਉਹ ਕੁਛ ਆਪਣੇ ਸਿੰਘ ਵੀ ਉੱਧਰ ਵੀ ਖੜ੍ਹੇ ਨੇ ਲੈਨ 'ਚ। ਸੋ ਪਾਰਲੀਮੈਂਟ ਦੇ ਅੰਦਰ ਹੁਣ ਇੱਥੇ ਫਰੀ ਟੂਰ ਆ, ਪਾਰਲੀਮੈਂਟ ਦੇ ਅੰਦਰ ਫਰੀ ਤੁਹਾਨੂੰ ਘੁਮਾ ਕੇ ਲਿਆਉਂਦੇ ਨੇ, ਸਾਰਾ ਕੁਝ ਦਿਖਾ ਕੇ ਲਿਆਉਂਦੇ ਨੇ ਵੀ ਸਾਰੇ MLA ਆ ਅਤੇ ਪ੍ਰੀਮੀਅਰ ਵਗੈਰਾ ਕਿੱਥੇ ਪੈਂਦੇ ਨੇ ਕੀ ਸਾਰਾ ਕੁਛ। ਠੀਕ ਹੈ, ਸੋ ਆਹ ਹਾਰਬਰ ਦੇ ਨਾਲ ਆ, ਉਹ ਗੌਰਮੈਂਟ ਦੇ ਆਫਿਸ ਦੀ ਬਿਲਡਿੰਗ ਆ, ਡਿਫਰੈਂਟ ਡਿਫਰੈਂਟ ਡਿਪਾਰਟਮੈਂਟ ਨੇ ਅਤੇ ਆਹ ਹੀ ਪਾਰਲੀਮੈਂਟ ਦੇ। ਆ ਹੁਣ ਚੱਲਿਆ ਟੂਰ ਪਾਰਲੀਮੈਂਟ ਦੇ ਅੰਦਰ ਤੁਰ ਲੱਗੇ, ਹੋ ਜਾਓ ਵਿੱਚ ਭੱਜ ਕੇ ਨਾਲ ਨਾਲ, ਫਿਰ ਆਪਾਂ ਨੂੰ ਨਹੀਂ ਅੱਧਾ ਘੰਟਾ ਵੇਟ ਕਰਨੀ ਪੈਣੀ। ਆਹ ਕਨੂ ਆ ਜਿਹੜਾ ਰਿਪ੍ਰਜੈਂਟ ਕਰਦਾ ਨੇਟਿਵ ਇੰਡੀਅਨ। ਠੀਕ ਹੈ, ਇਹ ਸਾਰਾ ਆਹ ਜਿਹੜਾ ਰੂਮ ਆ ਇਹ ਨੇਟਿਵ ਇੰਡੀਅਨ ਨੂੰ ਰਿਪ੍ਰਜੈਂਟ ਕਰਦਾ, ਜਿਵੇਂ ਉਹਦਾ ਸਟਿੱਕ ਸਟਿੱਕ। ਸਾਨੂੰ ਕੈਨੇਡਾ ਦੇ ਵਿੱਚ ਇਕੱਲਾ ਇਕੱਲਾ ਰਾਈਟ ਮਿਲਿਆ, ਸਾਰੇ ਬੰਦੇ ਇਕੁਅਲ, ਇਹਦੇ ਅੰਡਰ ਅਸੀਂ ਆਉਂਦੇ ਚਾਰਟਰ ਆਫ ਰਾਈਟਸ। ਸੋ ਇਦੋਂ ਪਹਿਲਾਂ ਨਹੀਂ ਸੀ ਕਿ ਫੁੱਲ ਬੰਦਿਆਂ ਦੇ ਰਾਈਟ, ਇਹਦੇ ਨਾਲ ਸਾਰੇ ਬਰਾਬਰ ਹੈ। ਸੋ ਇਹਦੇ ਅੰਡਰ ਨਾ ਕੋਈ ਬਰਾਊਨ ਹੋਵੇ, ਬਲੈਕ ਹੋਵੇ, ਚਿੱਟਾ ਹੋਵੇ, ਕਾਲਾ ਹੋਵੇ, ਹੂ ਕੇਅਰਸ। ਸੋ ਇਹ ਸਾਡੇ ਇੱਟ ਆਹ ਟਰੂਡੋ ਦੇ ਪਿਓ ਨੇ ਇਹ ਲਾਗੂ ਕਰਿਆ ਸੀ, ਸੀਨੀਅਰ ਟਰੂਡੋ ਉਹਨੇ ਲਿਆਂਦਾ ਸੀ ਇਹਦੇ ਸਿਰ 'ਤੇ, ਫਿਰ ਸਾਰੇ ਬਰਾਬਰ ਹੋ ਗਏ। ਉਦੋਂ ਬਾਅਦ ਡਿਸਕ੍ਰੀਮੀਨੇਸ਼ਨ ਗਏ, ਇਹਦੂ ਪਹਿਲਾਂ ਸੀਗੀ ਪ੍ਰਾਈਵੇਟ ਹੋ ਗਈ, ਆਹ ਨੇਟਿਵ ਨੇ ਵੀ ਰਹੀ, ਸਾਰਿਆਂ ਨਾਲ ਰਹੀ। ਪਰ ਇਸ ਤੋਂ ਬਾਅਦ ਸਾਡੀ ਪਾਰਲੀਮੈਂਟ ਬਹਿੰਦੀ, ਆਹ ਉਹਨਾਂ ਦੀ ਫੋਟੋ ਆ। ਠੀਕ ਹੈ, ਆਹ ਬੈਠਾ ਸਾਡਾ ਮਿੱਤਰ ਗੁਰੂ ਬਰਾਨ, ਆਹ ਬੈਠਾ ਇੱਥੇ ਬੈਠਾ ਤਾਂ ਗੋਰਿਆਂ ਨੂੰ ਕਹਿੰਦਾ। ਚਲੋ ਆਹ ਇਹਨਾਂ ਦੀ ਲਾਇਬ੍ਰੇਰੀ ਹੈ, ਅੰਦਰ ਬੰਦੇ ਬਹਿੰਦੇ ਨੇ ਸਾਰੇ ਅਸੈਂਬਲੀ ਦੇ ਵਿੱਚ। ਪਰ ਇਸ ਟਾਈਮ 'ਤੇ ਤਾਂ ਇਹਦੀ ਕਿਉਂਕਿ ਹੁਣ ਅਸੈਂਬਲੀ ਬੰਦ ਆ, 2 ਮਹੀਨੇ ਦੀ ਇਲੈਕਸ਼ਨ ਆ ਰਹੀਆਂ ਨੇ ਬੰਦ ਆ, ਅਤੇ ਇਹਦੀ ਹੁਣ ਰਿਪੇਅਰ ਵਗੈਰਾ ਹੋ ਰਹੀ। ਸੋ ਆਹੀ ਟਾਈਮ ਹੁੰਦਾ ਇਹਨਾਂ ਦਾ ਜਦੋਂ ਇਹ ਰਿਪੇਅਰ ਕਰਦੇ ਨੇ, ਐਵਰੀ 4 ਈਅਰ ਦੇ ਵਿੱਚ ਸਾਰਾ ਕੁਝ ਬਦਲ ਦੇਣਗੇ, ਫਰਨੀਚਰ ਬਦਲ ਦੇਣਗੇ, ਕਾਰਪੇਟ ਬਦਲ ਦੇਣਗੇ, ਸਾਰਾ ਕੁਛ ਉੱਪਰ ਥੱਲੇ ਸਭ ਬਦਲ ਦਿੰਦੇ ਨੇ। ਸੋ ਇੱਥੇ ਪੈਂਦੇ ਨੇ, ਠੀਕ ਹੈ, ਪਰ ਹੁਣ ਇਹਨਾਂ ਦਾ ਸਮਾਨ ਸਾਰਾ ਬਾਹਰ ਕੱਢਿਆ ਪਿਆ। ਸੋ ਆਹ ਹੈਗਾ ਪਾਰਲੀਮੈਂਟ ਦੇ ਬਾਹਰ, ਇਹਨੂੰ ਪਾਰਲੀਮੈਂਟ ਸਕੇਅਰ ਕਹਿ ਸਕਦੇ ਹਾਂ, ਪਾਰਲੀਮੈਂਟ ਸਰਕਲ ਕਹਿ ਸਕਦੇ ਹਾਂ, ਕੁਛ ਹੋਰ ਕਹਿ ਸਕਦੇ ਹਾਂ, ਅਸੈਂਬਲੀ ਸਰਕਲ, ਅਸੈਂਬਲੀ ਸਰਕਲ। ਸੋ ਆਹ ਸਾਰਾ ਇੱਥੋਂ ਦੀ ਮੀਨਾਕਾਰੀ, ਬਹੁਤ ਵਧੀਆ ਮੀਨਾ, ਬਹੁਤ ਸ਼ਾਨਦਾਰ, ਇੰਨੀ ਵਧੀਆ
ਹੋਰ ਕਿਸੇ ਪ੍ਰੋਵਿੰਸ 'ਚ ਨਹੀਂ ਆਉਂਦੀ ਇਸ ਪ੍ਰੋਬਲਮ 'ਚ ਉਹ ਵੀ ਜਿਹੜਾ ਅਸੈਂਬਲੀ ਇਹਨਾਂ ਨੂੰ ਜਿਹੜੇ ਕ੍ਰੋਸ ਵਗੈਰਾ ਮਿਲੇ ਹੋਏ ਉਹ ਨੇ ਪੁਰਾਣੇ ਬੰਦੇ ਨੇ ਅਤੇ ਉਹ ਨੇ ਜਿਹਨਾਂ ਨੇ ਵਰਲਡ ਵਾਰ ਦੇ ਵਿੱਚ ਉਹ ਵੀ ਆਪਣੇ ਸੂਬੇਦਾਰ ਮੇਜਰ ਭਗਤ ਸਿੰਘ ਆਹ ਸਿੱਖ ਦੱਸਿਆ ਵੀ ਹਾਂ ਕਿਵੇਂ ਕੰਮਾਂ ਕਾਟਾਂ ਬੋਲ ਕੇ ਆਪਣੀ ਰੈਜੀਮੈਂਟ ਆਹ ਵੀ ਪ੍ਰਾਊਡ ਫੀਲ ਹੁੰਦਾ ਆਹ ਚੀਜ਼ਾਂ ਦੇਖ ਕੇ ਉਹ ਦੇਖੋ ਇੱਕ ਕੈਨੇਡਾ ਦੀ ਕੰਟਰੀ ਨੇ ਪੰਜਾਬੀਆਂ ਨੂੰ ਮਾਣ ਦਿੱਤਾ ਹੋਇਆ ਕਿਵੇਂ ਦਿੱਤਾ ਸੋ ਇਹਨਾਂ ਫਲੋਰਾਂ ਦੇ ਉੱਪਰ ਜਿਹੜੇ ਅਸੈਂਬਲੀ ਮੈਂਬਰ ਉਹਨਾਂ ਦੇ ਕਮਰੇ ਨੇ ਜਾਂ ਫੋਟੋਆਂ ਲੱਗੀਆਂ ਹੋਈਆਂ ਐਵਰੀ ਪਾਰਲੀਮੈਂਟ ਸੈਸ਼ਨ ਦਾ ਜਦੋਂ ਕੋਈ ਪਾਰਲੀਮੈਂਟ ਬਣੀ ਹੈ ਉਹਦੇ ਸਾਰਿਆਂ ਦੀਆਂ ਫੋਟੋਆਂ ਨੇ ਡਿਫਰੈਂਟ ਡਿਫਰੈਂਟ ਫੋਟੋਆਂ ਨੇ ਠੀਕ ਹੈ ਜਿਹੜੀ ਕਰੰਟ ਪਾਰਲੀਮੈਂਟ ਹੁੰਦੀ ਹੈ ਉਹਦੀ ਫੋਟੋਆਂ ਨੇੜੇ ਲੱਗੀ ਹੁੰਦੀ ਹੈ ਸੋ ਆਹ ਲੱਗੀਆਂ ਜਿਹਨੂੰ ਮੈਂ ਦਿਖਾਉਂਦਾ ਸੀ ਵੀ ਆਪਣੇ ਪੰਜਾਬੀ ਬੈਠੇ ਨੇ ਸੋ ਪੂਰੇ ਆਕਾਸ਼ ਕਾਇ ਸ਼ਹੀਦ ਬੈਠਾ ਇਹ ਵੀ ਆਪਣਾ ਜਗਰੂਪ ਬਰਾੜ ਬੈਠਾ ਆਹ ਦੋ ਹੋਰ ਤਿੰਨ ਬੈਠੇ ਨੇ ਸਾਰੇ ਆਪਣੇ ਨੇ ਠੀਕ ਹੈ ਆਪਣੀ ਲੇਡੀਜ਼ ਵੀ ਹੈਗੀਆਂ ਸੀ ਸੋ ਇਹ ਕਰੰਟ ਪਾਰਲੀਮੈਂਟ ਕੀ ਆ ਇਹਦਾ ਥਰਡ ਸੈਸ਼ਨ ਦਾ ਫੋਰਥ ਸੈਸ਼ਨ ਜਿਹੜਾ ਹੁੰਦਾ ਆ ਫੋਰਥ ਸੈਸ਼ਨ ਲਾਸਟ ਸੈਸ਼ਨ ਆਹ ਸੀ ਹੁੰਦੀ ਹੈ ਸੋ ਆਹ ਬਿਲਡਿੰਗ ਅਤੇ ਅਸੈਂਬਲੀ ਹਾਲ ਦੇ ਮੂਹਰੇ ਖੜ੍ਹੇ ਹਾਂ ਜੀ ਠੀਕ ਹੈ ਅੰਦਰੋਂ ਆ ਕੇ ਗੇੜਾ ਦੇ ਕੇ ਉਹ ਸਾਹਮਣੇ ਕੁਈਨ ਵਿਕਟੋਰੀਆ ਦਾ ਬੁੱਤ ਲੱਗਿਆ ਹੋਇਆ ਆਹ ਫੁਹਾਰਾ ਚੱਲਦਾ ਨਹੀਂ ਪਤਾ ਨਹੀਂ ਰਿਪੇਅਰ ਕਰਨ ਨੂੰ ਲੱਗਿਆ ਪੀਲੇ ਪੀਲੀ ਲਾਈਨ ਜੀ ਠੀਕ ਹੈ ਫੁੱਲ ਬੜੇ ਵਧੀਆ ਲੱਗੇ ਆ ਰੰਗ ਫੁੱਲਾਂ ਦੇ ਲੋਕ ਸੈਲਫੀਆਂ ਲੈਂਦੇ ਲੋਕ ਕੁਛ ਹੋਰ ਕਰਦੇ ਉੱਧਰ ਵੀ ਜਾਣਾ ਹੈ ਤਾਂ ਹੈ ਨਹੀਂ ਕੁਛ ਇੱਕ ਇਹਦੇ ਪਰਲੇ ਪਾਸੇ ਉਹ ਕਿਹੜੇ ਕਹਿੰਦੇ ਘੋੜੇ 'ਤੇ ਵੀ ਚੜ੍ਹਨਾ ਹਾਂ ਵੀ ਚੜ੍ਹਨਾ ਘੋੜੇ ਨਾ ਕਿਉਂ ਕਾਹਤੇ ਫਿਰ ਉੱਥੇ ਵੇਟ ਕਰਨੀ ਪੈਣੀ ਉੱਥੇ ਫਿਰ ਜਦੋਂ ਆਪਣੀ ਵਾਰੀ ਆਊਗੀ ਫਿਰ ਚਲੋ ਆਹ ਪ੍ਰਿੰਸ ਆਫ ਵੇਲਸ ਦੀ ਹੈਗਾ ਬੁੱਤ ਬਣਿਆ ਹੋਇਆ ਮਹਾਰਾਣੀ ਦਾ ਐਨ ਪਾਰਲੀਮੈਂਟ ਦੇ ਅਸੈਂਬਲੀ ਹਾਲ ਦੇ ਬਿਲਕੁਲ ਫਰੰਟ 'ਤੇ ਔਰ ਡੋਰ ਆ ਉਹਦਾ ਸਾਰਾ ਕੁਛ ਇੱਥੇ ਪਹਿਲਾਂ ਮੂਹਰੇ ਹੋ ਗਿਆ ਬਹੁਤ ਪੁਰਾਣਾ ਹੋਣਾ ਪਤਾ ਨਹੀਂ ਸੋ ਬਾਕੀ ਵਿਕਟੋਰੀਆ ਸਿਟੀ ਬੜਾ ਵਧੀਆ ਜੀ ਫਸਟ ਕਲਾਸ ਆ ਮੌਸਮ ਬੜਾ ਵਧੀਆ ਘੁੰਮਣ ਫਿਰਨ ਨੂੰ ਵਧੀਆ ਸਾਰਾ ਕਲੀਨ ਆ ਬਾਕੀ ਖੁਸ਼ ਹੁੰਦਾ ਆਪਣੇ ਬਥੇਰੇ ਬੰਦੇ ਇੱਥੇ ਆਪਣੇ ਸੈਰ ਕਰਨ ਆਉਂਦੇ ਤੁਰਦੇ ਫਿਰਦੇ ਆ ਇੰਜੋਏ ਕਰਦੇ ਸੋ ਆਹ ਮੈਮਰੀ ਹੈ ਵਿਕਟੋਰੀ ਵਾਰ ਵਰਲਡ ਵਾਰ ਵਿਕਟੋਰੀਆ ਦੀ ਵਾਰ ਦੀ ਅਤੇ ਹੋਰ ਸੋ ਉਹ ਹੈਗਾ ਉੱਥੇ ਇੱਥੇ ਵੀ ਹੈਗਾ ਉਹਦੇ ਨਾਲ ਦਾ ਉਹ ਹੈਗਾ ਇਮੇਜ ਜਿਹੜਾ ਆਪਾਂ ਜਾਂ ਜਦੋਂ ਤੁਸੀਂ ਕੱਲ੍ਹ ਕਸ਼ਮੀਰ ਗਏ ਸੀ ਉੱਥੇ ਬਲੂ ਵੇਲ ਵਗੈਰਾ ਇੱਥੇ ਹੋਪ ਔਨ ਹੋਪ ਔਫ ਬੱਸ ਵੀ ਚੱਲਦੀ ਹੈ ਠੀਕ ਹੈ ਚੀਜ਼ਾਂ ਉੱਥੇ ਬਸ Otherwise, great. Wonderful work. Thank you. That was awesome.
Draw someone in.